सत श्री अकाल जी। पंजाब सरकार वालों कोविड 19 के तहत लोगों दी सेहत सुविधाओं मुख रखते हुए पिंडां अते शहरां दे विच जो वैक्सीन की सुविधा कैंपा के जरिए मुफ्त टीकाकरण किया जा रहा है, उस संबंध के विच अज तुहानू एक बार फिर लेके पहुंचे हाँ हलका दाखा दे पिंड जांगपुर दे विच। आओ आपां गलबात करते हैं जांगपुर के मौजूदा सरपंच सरदार अमरजीत सिंह चीमा जी के नाल। अमरजीत सिंह चीमा जी के नाल आपां गलबात शुरू करने तो पहले तुहानू एक जानकारी होर देनी चाहांगे। हलका दाखा तो पिंड जांगपुर के जो मौजूदा सरपंच इस वक्त सरदार अमरजीत सिंह चीमा जी ने, उन्होंने पिता जी लेट सरदार महा सिंह जी भी अपने पिंड की बतौर सरपंच सेवा कर चुके हैं। आओ गलबात करिए कोविड 19 के कैंपा के पिंड जांगपुर के वसनीकों ने हुण तक किन्ना लाहा चुकिया। सब तो पहले तो सिटी लाइव चैनल वालों तुहानू सत श्री अकाल जी। मेरे वाले भाई चैनल नूं बहुत बहुत बधाई है जो मेरे को अपना टाइम कढ़ के आए। थैंक यू वेरी मच जी। अमरजीत जी, जेकर आप गल करिए पहला कैंप की, उस तो पहला गलबात करांगे तुहाडे नाल तुहाडे पिंड के संबंध में। पिंड जांगपुर दियां कुल वोटां किन्नियां? वोटां नियर अबाउट 2300 है। और हुण दी जेकर आप गल करिए, तुहानू जानकारी है कि तुहाडे पिंड की इस समय कुल आबादी किन्नी है? अजी 3,320 तक हो गई। और आप गल करते हैं तुहाडे नाल तुहाडे मैंबर पंचायत की, उस तो पहला यह जानकारी दिओ कि तुहाडे पिंड दे विच जो मनरेगा वर्कर ने जिन्हां दे कागजां दे विच जॉब कार्ड बने हुए हैं वह किन्ने हैं? लगभग 445 का है। और कम किन्ने वर्कर दी टीम करदी है? कदे 65-70 हो जांदे, कदे 30-35 हो जांदे जी, कम दे हिसाब नाल जी उन्ने कदे डिमांड कर लैंदी है। और गल करिए तुहाडे मैंबर पंचायत दी, तां तुहाडे किन्ने मैंबर पंचायत हन? साडे कुल 9 आ। 10वें तुसीं? हाँ जी, 10वां सरपंच। आओ आपां गलबात करदे हां मुफ्त टीकाकरण दे संबंध विच। अमरजीत जी, ये जानना पाओ कि तुहाडे जो मैंबर पंचायत ने 9-10वें तुसीं, कि तुसीं सारिआं ने मैंबर पंचायत ने उस सरपंच ने मुफ्त टीकाकरण दा लाहा चुक लिया, तुसीं ये डोज लै लई आ? हाँ जी, सब ने एक एक डोज लै लई जी। ਤੁਹਾਡੇ ਮੈਂਬਰ ਪੰਚਾਇਤ ਸਾਰਿਆਂ ਨੇ? ਹਾਂ ਜੀ, ਸਾਰੀ ਪੰਚਾਇਤ ਨੇ ਜੀ। ਤੇ ਉਸ ਤੋਂ ਬਾਅਦ ਮਨਰੇਗਾ ਵਰਕਰ ਤੇ ਬਾਕੀ ਪਿੰਡ ਦੇ ਹੋਰ ਵਸਨੀਕਾਂ ਨੇ। ਔਰ ਜੇਕਰ ਆਪਾਂ ਗੱਲ ਕਰੀਏ ਮਨਰੇਗਾ ਵਰਕਰਾਂ ਦੀ, ਤਾਂ ਤੁਹਾਨੂੰ ਜਾਣਕਾਰੀ ਹੈ ਤੁਹਾਡੇ ਕਿੰਨੇ ਮਨਰੇਗਾ ਵਰਕਰ ਨੇ ਜੋ ਹਲੇ ਇਸ ਡੋਜ਼ ਤੋਂ ਵਾਂਝੇ ਆ? 200 ਰਹਿੰਦੇ ਟੀਕਾ ਲਵਾਉਣ। ਅਤੇ ਕੀ ਕਾਰਨ ਹੈ ਵੀ ਹੁਣ ਇਸ ਸਮੇਂ ਤੱਕ ਵੀ, ਕਿਉਂਕਿ ਜੇਕਰ ਦੇਖਿਆ ਜਾਵੇ ਹੁਣ ਦੀ ਜੋ ਲਹਿਰ ਚੱਲ ਰਹੀ ਹੈ ਕਰੋਨਾ ਦੀ ਉਹ ਬਹੁਤ ਖਤਰਨਾਕ ਹੈ, ਫਿਰ ਵੀ ਹਲੇ ਮਨਰੇਗਾ ਵਰਕਰ ਕਿਉਂ ਨਹੀਂ ਜਾਗਰੂਕ ਹੋਏ? ਲੋਕਾਂ ਦੇ ਵਿੱਚ ਡਰ ਪਿਆ ਹੈ, ਜੇ ਟੀਕਾ ਲਵਾ ਲਿਆ ਕੋਈ ਗੱਲਬਾਤ ਹੋ ਜਾਂਦੀ ਹੈ ਜੀ, ਕੋਈ ਡਰਦਾ ਹਾਰਟ ਅਟੈਕ ਹੋ ਜਾਊ ਜੀ, ਕੋਈ ਡਰਦਾ ਹੋਰ ਬਿਮਾਰੀ ਲੱਗ ਜਾਊ ਜੀ, ਇਹਦੇ ਕਰਕੇ ਨਹੀਂ ਲਵਾ ਰਹੇ। ਸਰਪੰਚ ਸਾਹਿਬ, ਅਸੀਂ 2-3 ਦਿਨ ਪਹਿਲਾਂ ਤੁਹਾਡੇ ਕੋਲ ਆਏ ਸੀਗੇ ਅਤੇ ਤੁਸੀਂ ਖੁਦ ਉਹ ਡੋਜ਼ ਲਈ ਸੀਗੀ, ਟੀਕਾ ਲਗਵਾ ਕੇ ਆਏ ਸੀ। ਦਰਸ਼ਕਾਂ ਨੂੰ ਇੱਥੇ ਦੱਸਣਾ ਚਾਹਾਂਗੇ, ਅੱਜ ਤੋਂ ਪਹਿਲਾਂ 3 ਦਿਨ ਪਹਿਲਾਂ ਅਸੀਂ ਸਰਪੰਚ ਅਮਰਜੀਤ ਜੀ ਦੇ ਘਰ ਆਏ ਸੀ ਅਤੇ ਇਹਨਾਂ ਨੇ ਟੀਕੇ ਦੀ ਜੋ ਸੁਵਿਧਾ ਆ ਉਹ ਲਈ ਸੀਗੀ। ਔਰ ਕਿਤੇ ਨਾ ਕਿਤੇ ਜਾ ਕੇ ਇਹਨਾਂ ਨੂੰ ਇਸ ਤਰ੍ਹਾਂ ਸੀ ਕਿ ਮੈਂ ਰੈਸਟ ਕਰਾਂ, ਜਿਸ ਦੇ ਕਾਰਨ ਆਪਾਂ ਇਹਨਾਂ ਦੇ ਨਾਲ ਉਸ ਦਿਨ ਗੱਲਬਾਤ ਨਹੀਂ ਸੀ ਕੀਤੀ। ਅਤੇ ਤੁਸੀਂ ਉਹ ਟੀਕਾ ਲਗਵਾਇਆ, ਤੁਹਾਨੂੰ ਟੀਕਾ ਲਗਵਾਉਣ ਤੋਂ ਬਾਅਦ ਕੋਈ ਸਮੱਸਿਆ ਆਈ ਸਰੀਰਕ? ਨਹੀਂ ਜੀ, ਥੋੜ੍ਹਾ ਬਹੁਤ ਬੁਖਾਰ ਚੜਿਆ ਸੀ ਇੱਕ ਦਿਨ ਜੀ, ਉਹ ਗੋਲੀ ਖਾ ਕੇ ਉੱਤਰ ਗਿਆ। ਅਤੇ ਤੁਸੀਂ ਜਿਹੜੇ ਹੁਣ ਤੁਹਾਡੇ ਮਨਰੇਗਾ ਵਰਕਰ ਨੇ, ਤੁਸੀਂ ਉਹਨਾਂ ਨੂੰ ਮਿਲੇ, ਉਹਨਾਂ ਨੂੰ ਦੱਸਿਆ ਵੀ ਮੈਂ ਟੀਕਾ ਲਗਵਾ ਕੇ ਆਇਆ ਅਤੇ ਦੇਖੋ ਮੈਂ ਤੰਦਰੁਸਤ ਹਾਂ? ਹਾਂ ਜੀ, ਦੱਸਿਆ ਤਾਂ ਹੈ ਜੀ, ਹੁਣ ਜੇ ਦੁਬਾਰਾ ਕੈਂਪ ਲੱਗਿਆ ਜੀ ਫਿਰ ਲਗਵਾ ਲਵਾਂਗੇ ਅਸੀਂ। ਤੁਹਾਡੇ ਪਿੰਡ ਦੇ ਵਿੱਚ ਸਰਕਾਰੀ ਡਿਸਪੈਂਸਰੀ ਹੈ? ਨਹੀਂ ਜੀ। ਅਤੇ ਤੁਹਾਡੇ ਪਿੰਡ ਵਾਸੀਆਂ ਨੇ ਜਦੋਂ ਟੀਕਾਕਰਨ ਦਾ ਲਾਹਾ ਚੁੱਕਣਾ ਆ, ਅਤੇ ਤੁਹਾਡੇ ਪਿੰਡ ਦੇ ਵਿੱਚ ਕੈਂਪ ਹੁਣ ਤੱਕ ਕਿੰਨੀ ਵਾਰੀ ਲੱਗੇ? ਕੈਂਪ 2 ਵਾਰੀ ਤਾਂ ਟੀਕਾਕਰਨ ਵਾਲਾ ਹੋ ਗਿਆ ਅਤੇ 3 ਵਾਰੀ ਸੈਂਪਲਿੰਗ ਵਾਲਾ ਹੋ ਗਿਆ ਜੀ। ਅਤੇ ਜਿਹੜੇ ਤੁਹਾਡੇ ਪਿੰਡ ਦੇ ਵਿੱਚ 2 ਵਾਰੀ ਟੀਕਾਕਰਨ ਦੇ ਕੈਂਪ ਲੱਗੇ, ਇਸ ਕੈਂਪ ਦੇ ਦੌਰਾਨ ਤੁਹਾਡੇ ਪਿੰਡ ਵਾਸੀ ਕਿੰਨਿਆਂ ਨੇ ਲਾਹਾ ਚੁੱਕਿਆ? 752 ਕੁ ਲੋਕ ਆ ਜੀ। ਕਰੀਬ 752 ਨੇ ਇੰਜੈਕਸ਼ਨ ਲਗਵਾ ਲਿਆ? ਹਾਂਜੀ। ਪਹਿਲੀ ਡੋਜ਼ ਲਵਾਈ ਹੈ ਜਾਂ ਦੂਸਰੀ? ਪਹਿਲੀ ਡੋਜ਼ ਹੀ ਲੱਗੀ ਹੈ। ਅਤੇ ਬਾਕੀ ਦੇ ਜਿਹੜੇ ਵਸਨੀਕ ਰਹਿੰਦੇ ਨੇ, ਵੋਟਰ ਦੇ ਹਿਸਾਬ ਨਾਲ ਲਗਾ ਕੇ ਚੱਲੀਏ ਤਾਂ ਹਾਲੇ ਆਪਾਂ ਬਹੁਤ ਪਿੱਛੇ ਹਾਂ ਔਰ ਆਬਾਦੀ ਪੱਖੋਂ ਵੀ, ਅਤੇ ਜਿਹੜੇ ਵਸਨੀਕ ਹਾਲੇ ਰਹਿੰਦੇ ਨੇ ਉਹ ਕਦੋਂ ਤੱਕ ਲਗਵਾ ਲੈਣਗੇ? ਜਦੋਂ ਦੁਬਾਰਾ ਕੈਂਪ ਲੱਗਣਗੇ ਹੁਣ ਲੱਗ ਜਾਣਗੇ, ਅੱਧੇ ਤੋਂ ਵੱਧ ਤਿਆਰ ਆ ਬੰਦੇ। ਤੁਹਾਡੀ ਸਿਹਤ ਵਿਭਾਗ ਦੀ ਟੀਮ ਨਾਲ ਗੱਲ ਹੋਈ ਕਿ ਜਲਦੀ ਤੋਂ ਜਲਦੀ ਤੁਹਾਡੇ ਪਿੰਡ ਵਿੱਚ ਕੈਂਪ ਲਗਾਇਆ ਜਾਵੇ? ਹਾਂ ਜੀ, ਗੱਲਬਾਤ ਹੁੰਦੀ ਰਹਿੰਦੀ। ਅਮਰਜੀਤ ਜੀ,
ਤੁਹਾਡੇ ਪਿੰਡ ਤੋਂ ਨਾਲ ਲੱਗਦਾ ਕਿਹੜਾ ਪਿੰਡ ਹੈ ਜਿੱਥੇ ਡਿਸਪੈਂਸਰੀ ਦੀ ਸੁਵਿਧਾ ਹੈ ਤੁਹਾਡੇ ਪਿੰਡ ਵਾਸੀਆਂ ਨੂੰ? ਇੱਕ ਮੋਹੀ ਪਿੰਡ ਹੈ, ਇੱਕ ਰਕਬਾ, ਦੋ ਪਿੰਡਾਂ 'ਚ ਹੀ ਹੈ। ਔਰ ਜੇਕਰ ਆਪਾਂ ਗੱਲ ਕਰੀਏ ਮੋਹੀ ਪਿੰਡ ਦੀ, ਤਾਂ ਆਲਮੋਸਟ ਮੋਹੀ ਪਿੰਡ ਦੇ ਵਿੱਚ ਵੀ ਵੈਕਸੀਨੇਸ਼ਨ ਦੀ ਜਿਹੜੀ ਸੁਵਿਧਾ ਪਿੰਡ ਵਾਸੀਆਂ ਨੇ ਲੈ ਲਈ ਹੈ ਔਰ ਰਕਬੇ ਵਿੱਚ ਵੀ ਲੈ ਲਈ ਹੈ, ਪਰ ਤੁਹਾਡਾ ਪਿੰਡ ਉਹਨਾਂ ਪਿੰਡਾਂ ਦੇ ਮੁਕਾਬਲੇ ਬਹੁਤ ਪਿੱਛੇ ਹੈ, ਕੀ ਕਾਰਨ ਹੈ? ਇਹ ਡੋਜ਼ ਹੀ ਥੋੜ੍ਹੀ ਥੋੜ੍ਹੀ ਲੈ ਕੇ ਆਉਂਦਾ ਜੀ, ਪਹਿਲੀ ਵਾਰੀ ਘੱਟ ਸੀਗੀ, ਦੂਜੀ ਵਾਰੀ ਉਦੋਂ ਥੋੜ੍ਹੀ ਜਿਹੀ ਜ਼ਿਆਦਾ ਲਿਆ, 20-50 ਟੀਕੇ ਵੱਧ ਲਏ, ਡੋਜ਼ ਵੀ ਪੂਰੀ ਨਹੀਂ ਆਈ ਹੈਗੀ। ਜੇਕਰ ਦੇਖਿਆ ਜਾਵੇ ਪੰਜਾਬ ਸਰਕਾਰ ਨੇ ਇਹ ਅਨਾਊਂਸ ਕੀਤਾ ਹੋਇਆ ਕਿ ਜਿਹੜਾ ਪੰਜਾਬ ਦਾ ਪਿੰਡ 100% ਵੈਕਸੀਨ ਦੀ ਸੁਵਿਧਾ ਦਾ ਲਾਹਾ ਚੁੱਕੇਗਾ ਉਸ ਪਿੰਡ ਨੂੰ ਪੰਜਾਬ ਸਰਕਾਰ ਮਾਨ ਸਨਮਾਨ ਦੇਵੇਗੀ, ਅਤੇ ਉਹ ਮਾਨ ਸਨਮਾਨ ਲੈਣ ਤੋਂ ਤੁਹਾਡਾ ਪਿੰਡ ਤੁਹਾਨੂੰ ਕਿੰਨਾ ਪਿੱਛੇ ਨਜ਼ਰ ਆਉਂਦਾ? ਕਿਉਂਕਿ ਤੁਹਾਡੇ ਨਾਲ ਲੱਗਦੀ ਇਸ ਦੌੜ ਦੇ ਵਿੱਚ ਜੇਕਰ ਦੇਖਿਆ ਜਾਵੇ ਪਿੰਡ ਹਸਨਪੁਰ, ਪਿੰਡ ਮੋਹੀ, ਕਈ ਪਿੰਡ ਇਹੋ ਜਿਹੇ ਨੇ ਜੋ ਬਹੁਤ ਨਜ਼ਦੀਕ ਨੇ, ਨੀਅਰ ਅਬਾਊਟ ਉਹਨਾਂ ਦੀ 90% ਜਿਹੜੀ ਹੈ ਵੈਕਸੀਨੇਸ਼ਨ ਹੋ ਚੁੱਕੀ ਹੈ। ਤੁਸੀਂ ਹੁਣ ਤੱਕ ਕਿੱਥੇ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹੋ? ਇਸ ਹਿਸਾਬ ਨਾਲ ਤਾਂ ਅਸੀਂ ਬਹੁਤ ਮਗਰ ਹਾਂ ਜੀ। ਇੱਕ ਸਾਡੇ ਪਿੰਡ ਦੇ ਜੋ ਆਬਾਦੀ ਆ, ਅਨਪੜ੍ਹਤਾ ਬਹੁਤ ਆ ਜੀ, ਦੋ ਜਿਹਨੂੰ SC ਕਹਿੰਦੇ ਹੁੰਦੇ ਆ, ਦੋ ਵਿਹੜੇ ਆ ਜੀ, ਇਹਦਾ ਬਹੁਤ ਫਰਕ ਆ ਜੀ। ਜੇ ਤੁਸੀਂ ਕਿਹਾ ਹੁਣ ਉਹਨਾਂ ਦੀ ਪ੍ਰੈਜੈਂਟ, ਤੁਸੀਂ ਨਾਲ ਦੇ ਪਿੰਡਾਂ ਦੀ ਦੌੜ, ਉਹਨਾਂ ਦੇ ਕਦਮ ਸੁਣ ਕੇ ਕਿਹਾ ਵੀ ਤੁਸੀਂ ਉਹਨਾਂ ਦੇ ਮੁਕਾਬਲੇ ਬਹੁਤ ਪਿੱਛੇ ਹੋ, ਪਰ ਜੇਕਰ ਆਪਾਂ ਗੱਲ ਕਰੀਏ ਸਰਦਾਰ ਮਿਲਖਾ ਸਿੰਘ ਜੀ ਦੀਆਂ ਰੇਸਾਂ ਦੀ, ਜਿਹੜਾ ਖਿਡਾਰੀ ਜਿੰਨਾ ਪਿੱਛੇ ਹੁੰਦਾ ਆ ਕਈ ਵਾਰੀ ਜਨੂੰਨ ਦੇ ਨਾਲ ਉਹ ਬਹੁਤ ਛੇਤੀ ਅੱਗੇ ਵੱਧ ਜਾਂਦਾ, ਪਹਿਲ ਨੰਬਰ 'ਤੇ ਹੀ ਆ ਜਾਂਦਾ, ਅਤੇ ਤੁਸੀਂ ਆਪਣੇ ਪਿੰਡ ਨੂੰ 100% ਵੈਕਸੀਨ ਕਰਨ ਦੇ ਲਈ ਕੀ ਉਪਰਾਲਾ ਕਰ ਰਹੇ ਹੋ? ਹੁਣ ਉਹਨਾਂ ਬੇਨਤੀ ਕਰਾਂਗੇ ਜੀ, ਸਾਨੂੰ ਰਕਬਾ ਹੈਲਥ ਸੈਂਟਰ ਲੱਗਦਾ ਵਾ, ਵੱਧ ਤੋਂ ਵੱਧ ਕੈਂਪ ਲਾਓ, ਅਤੇ ਲੋਕ ਹੁਣ ਜਾਗਰੂਕ ਹੋ ਚੁੱਕੇ ਆ, ਹੁਣ ਟੀਕਾ ਲਵਾਉਣਗੇ, ਹੁਣ ਅਸੀਂ ਦੁਬਾਰਾ ਕੈਂਪ ਦੁਬਾਰਾ ਲਵਾਉਣ ਦੀ ਕੋਸ਼ਿਸ਼ ਕਰਾਂਗੇ, ਔਰ ਪਿੰਡ ਘਰ ਘਰ ਜਾ ਕੇ ਮੈਂਬਰਾਂ ਨੇ ਲੋਕਾਂ ਨੂੰ ਜਾਗਰੂਕ ਕੀਤਾ ਵਾ, ਇਹ ਟੀਕੇ ਦਾ ਬਹੁਤ ਫਾਇਦਾ ਵਾ, ਅਤੇ ਹੁਣ ਲੋਕ ਤਾਂ ਲਾਉਣ ਨੂੰ ਤਿਆਰ ਵੀ ਹੋ ਗਏ ਆ, ਹੁਣ ਹੈਲਥ ਵਿਭਾਗ ਨਾਲ ਅਟੈਚ ਹੋ ਕੇ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ। ਦੇਖਿਆ ਜਾਵੇ ਤਾਂ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਦੱਸਿਆ ਕਿ ਤੁਹਾਡੇ ਇੱਥੇ SC ਭਾਈਚਾਰਾ ਜੋ ਹੈ ਉਹ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ, ਔਰ ਇਸ ਸਮੇਂ ਜੇਕਰ ਦੇਖਿਆ ਜਾਵੇ ਪੜ੍ਹਾਈ ਪੱਖੋਂ ਪੂਰਾ ਪੰਜਾਬ ਮੱਲਾਂ ਮਾਰ ਰਿਹਾ, ਪਰ ਕਿਤੇ ਨਾ ਕਿਤੇ ਜਾ ਕੇ ਤੁਹਾਡਾ ਪਿੰਡ ਹੈ ਜੋ ਪਛੜਿਆ ਪਿਆ, ਅਤੇ ਆਪਣੇ ਪਿੰਡ ਵਾਸੀਆਂ ਨੂੰ ਇਸ ਵੈਕਸੀਨ ਦੇ ਲਈ ਸਿਟੀ ਲਾਈਵ ਚੈਨਲ ਦੇ ਜ਼ਰੀਏ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਇਹ ਤਾਂ ਇਹੀ ਸੁਨੇਹਾ ਦਿੰਦੇ ਹੁਣ ਘਰ ਘਰ ਜਾ ਕੇ ਸਭ ਗੇੜਾ ਕੱਢਿਆ ਵਾ, ਵੈਕਸੀਨ ਦਾ ਬਹੁਤ ਫਾਇਦਾ ਵਾ, ਇਹ ਲਵਾਉਣਾ ਚਾਹੀਦਾ। ਪਹਿਲਾਂ ਤੁਹਾਡਾ ਜਿਹੜਾ ਮਨ 'ਚ ਡਰ ਸੀਗਾ, ਹੁਣ ਅਸੀਂ ਆਪ ਟੀਕਾ ਸਾਡੇ ਸਾਹਮਣੇ ਲਵਾਇਆ, ਅਤੇ ਸਾਨੂੰ ਵੀ ਲਵਾਉਣਾ ਚਾਹੀਦਾ। ਸਿਟੀ ਲਾਈਵ ਚੈਨਲ ਦੇ ਜ਼ਰੀਏ ਪਿੰਡ ਜਾਂਗਪੁਰ ਦੇ ਵਸਨੀਕ ਜਿਨ੍ਹਾਂ ਨੇ ਹੁਣ ਤੱਕ ਇਸ ਵੈਕਸੀਨ ਦਾ ਲਾਹਾ ਨਹੀਂ ਚੁੱਕਿਆ ਉਹਨਾਂ ਨੂੰ ਇੱਕ ਸੁਨੇਹਾ ਅਸੀਂ ਵੀ ਦੇਣਾ ਚਾਹਾਂਗੇ। ਤੁਹਾਡੇ ਪਿੰਡ ਦੀ ਪੰਚਾਇਤ, ਤੁਹਾਡੇ ਆਪਣੇ ਚੁਣੇ ਹੋਏ ਸਰਪੰਚ, ਉਹਨਾਂ ਨੇ ਵੀ ਵੈਕਸੀਨੇਸ਼ਨ ਲੈ ਲਈ ਆ, ਔਰ ਹੁਣ ਜੇਕਰ ਤੁਸੀਂ ਇਸ ਸਮੇਂ ਦੇ ਵਿੱਚ ਸਰਕਾਰ ਦੇ ਮੁਫਤ ਟੀਕਾਕਰਨ ਦਾ ਲਾਹਾ ਨਾ ਚੁੱਕਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਆਪਣੀ ਜੇਬ ਵਿੱਚੋਂ ਪੈਸਾ ਲਗਾ ਕੇ ਹੋਸਪਿਟਲ ਤੋਂ ਇਸ ਸੁਵਿਧਾ ਲਾਹਾ ਲੈਣਾ ਪਏਗਾ। ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਹਲਕਾ ਦਾਖਾ ਦਾ ਕਿਹੜਾ ਪਿੰਡ 100% ਵੈਕਸੀਨ ਦੀ ਸੁਵਿਧਾ ਲੈ ਕੇ ਪੰਜਾਬ ਸਰਕਾਰ ਤੋਂ ਮਾਨ ਸਨਮਾਨ ਪ੍ਰਾਪਤ ਕਰਦਾ। ਇਹ ਸਾਰੀ ਜਾਣਕਾਰੀ ਲੈਣ ਦੇ ਲਈ ਸਾਡੇ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ।